हाँ जी स्वागत है ਤੁਹਾਡਾ ਬੀਬੀ ਨੂੰ ਸੱਤ ਵਾਲੇ ਚੈਨਲ ਤੇ ਤੇ ਸਾਡੇ ਨਾਲ ਜੁੜੇ ਨੇ ਸਰਵਿਸ ਸਿੰਘ ਮਾਨ ਤੇ ਸਸਕਾਰ ਜੀ ਤੇ ਫੰਡਿੰਗ ਦੇ ਪ੍ਰਤੀ ਅਸੀਂ ਪੰਜਾਬ ਦੇ ਵਿੱਚ ਘਰਾਂ 'ਚ ਬੈਠੇ ਸੱਥਾਂ 'ਚ ਬੈਠੇ ਗੱਲ ਸੁਣਦੇ ਕਰਦੇ ਹਾਂ ਬਜ਼ੁਰਗਾਂ ਤੋਂ ਜੀ ਦੁਸ਼ਮਣ ਬਾਤ ਕਰੇ ਅਣਹੋਣੀ ਜੀ ਦੁਸ਼ਮਣ ਨੇ ਉਹ ਗੱਲ ਕਹਿਣੀ ਆ ਜਿਹਦੇ ਨਾਲ ਸੰਘਰਸ਼ ਦੀ ਹਮਾਇਤ ਲੋਕਾਂ ਵਿੱਚ ਟੁੱਟੇ ਉਹ ਗੰਦੀ ਤੋਂ ਗੰਦੀ ਭੈੜੀ ਤੋਂ ਭੈੜੀ ਨਿਕੰਮੀ ਤੋਂ ਨਿਕੰਮੀ ਗੱਲ ਕਹਿ ਸਕਦੇ ਉਹ ਕਰ ਵੀ ਸਕਦੇ ਅਤੇ ਪਿਛਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਰਾਤ ਨੂੰ ਗਲਤ ਕਿਸਮ ਦੀਆਂ ਬੀਬੀਆਂ ਦੇ ਜਾਂ ਬੰਦਿਆਂ ਦੇ ਆਉਣ ਦੀਆਂ ਗੱਲਾਂ ਵੀ ਆਪਾਂ ਸੁਣੀਆਂ ਜੀ ਉਹ ਟੈਰਰ ਫੰਡਿੰਗ ਵਾਂਗੂ ਜਾਂ ਹੋਰ ਕਈ ਢੰਗ ਤਰੀਕਿਆਂ ਵਾਂਗੂ ਵੀ ਉੱਥੇ ਪੈਸਾ ਬੜਾ ਰਿਹਾ ਅਸਲ ਵਿੱਚ ਉਹ ਪੰਜਾਬ ਨੂੰ ਜਾਣਦੇ ਹੀ ਨਹੀਂ ਪੰਜਾਬ ਦੇ ਵਿੱਚ ਹੋਲੇ ਮਹੱਲੇ ਮੌਕੇ ਦਾ ਦਮਦਮਾ ਸਾਹਿਬ ਵਿਸਾਖੀ ਮੌਕੇ ਅਸੀਂ ਲੰਗਰ ਲਾਉਂਦੇ ਹਾਂ ਸਾਨੂੰ ਉਦੋਂ ਇਹ ਹੁੰਦਾ ਵੀ ਜਿਹੜੀ ਵੀ ਚੀਜ਼ ਪੀਜ਼ੇ ਬਰਗਰਾਂ ਦੇ ਲੰਗਰ ਬਦਾਮ ਗਰੀਆਂ ਦੇ ਲੰਗਰ ਸੋ ਇੱਥੇ ਵੀ ਉਹ ਸਾਰਾ ਕੁਛ ਹੋ ਰਿਹਾ ਇਹ ਸਾਰਾ ਕੁਛ ਕਿਉਂਕਿ ਇਹਨਾਂ ਨੇ ਦੇਖਿਆ ਨਹੀਂ ਅਤੇ ਜਿਨ੍ਹਾਂ ਨੇ ਦੇਖਿਆ ਨਾ ਹੋਵੇ ਉਹਨਾਂ ਨੂੰ ਲੱਗਦਾ ਕਿ ਜਿਵੇਂ ਸਾਡੇ ਧਰਮ 'ਚ ਵਾ ਸਾਡੇ ਮੰਦਰਾਂ 'ਚ ਵਾ ਕਿਉਂਕਿ ਉੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਸਾਡੇ ਅਸੀਂ ਆਪਦੇ ਆਏ ਹੋਏ ਭਾਈਚਾਰੇ ਦੇ ਲਈ ਘਰੋਂ ਹਰ ਚੀਜ਼ ਕੱਢ ਕੇ ਕਹਿੰਦੇ ਹਾਂ ਕਿ ਅਸੀਂ ਸੰਗਤ ਦੀ ਸੇਵਾ ਕਰਨੀ ਇੱਥੇ ਇਸੇ ਕਰਕੇ ਜਦੋਂ ਦੇਖਿਆ ਕਿ ਬਜ਼ੁਰਗ ਬਹੁਤ ਨੇ ਵੱਡੀਆਂ ਉਮਰਾਂ ਦੇ ਨੇ ਤਾਂ ਇੱਥੇ ਉਹਨਾਂ ਨੇ ਉਹ ਮਸ਼ੀਨਾਂ ਲਿਆਂਦੀਆਂ ਖਾਲਸਾ ਏਡ ਨੇ ਜਿਹਦੇ ਨਾਲ ਉਹਨਾਂ ਦੀ ਮਾਲਿਸ਼ ਵਗੈਰਾ ਹੋ ਸਕੀ ਇਵੇਂ ਹੋਰ ਜਿਹੜੀਆਂ ਸੁੱਖ ਸਹੂਲਤਾਂ ਆ ਥਾਂ ਥਾਂ ਦੇ ਉੱਤੇ ਮੈਡੀਕਲ ਚਲੋ ਪੰਜਾਬ ਵਾਲੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਜੀ ਆਏ ਆ ਆ ਜਿਹੜੇ ਹਰਿਆਣੇ ਦੇ ਘਰੇ ਲੰਗਰ ਲਾਈ ਬੈਠੇ ਆ ਜਿਹੜੇ ਹਰਿਆਣੇ ਦੇ ਮੈਡੀਕਲ ਦੀਆਂ ਸਹੂਲਤਾਂ ਫ੍ਰੀ 'ਚ ਦਿੰਦੇ ਆ ਇਹਨਾਂ ਨੂੰ ਵੀ ਫਿਰ ਫੰਡਿੰਗ ਹੋ ਰਹੀ ਆ ਸੋ ਅਸਲ ਵਿੱਚ ਇਹ ਅੰਦੋਲਨ ਲੋਕਾਂ ਦਾ ਅੰਦੋਲਨ ਆ ਲੋਕਾਂ ਦੀ ਸ਼ਕਤੀ ਦੇ ਸਾਹਮਣੇ ਮੋਦੀ ਦਾ ਕਾਰਪੋਰੇਟ ਘਰਾਣਿਆਂ ਨਾਲ ਜਿਹੜਾ ਹੇਜ ਆ ਉਹ ਨੰਗਾ ਹੋ ਚੁੱਕਿਆ ਵਾਹ ਕੋਈ ਚੱਲਦੀ ਨਹੀਂ ਅਤੇ ਉੱਧਰੋਂ ਕਾਰਪੋਰੇਟ ਘਰਾਣੇ ਬਾਂਹ ਮਰੋੜਦੇ ਆ ਵੀ ਤੈਨੂੰ ਇਸ ਕਰਕੇ ਥੋੜ੍ਹੀ ਪ੍ਰਧਾਨ ਮੰਤਰੀ ਬਣਾਇਆ ਵੀ ਜਦੋਂ ਅੰਦੋਲਨ ਹੋਵੇ ਤਾਂ ਤੂੰ ਕਾਲੇ ਕਾਨੂੰਨ ਰੱਦ ਕਰ ਦੇਵੇਂ ਸੋ ਫਸੇ ਹੋਣ ਕਰਕੇ ਇੰਡੀਅਨ ਸਟੇਟ ਜਿਹੜੀ ਆ ਉਹ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਇੱਦਾਂ ਦੀਆਂ ਗੱਲਾਂ ਕਰਦੀ ਆ ਅਸਲ ਵਿੱਚ ਅਸੀਂ ਆਪਣੇ ਜੇਬਾਂ 'ਚੋਂ ਕਰਦੇ ਹਾਂ ਅਤੇ ਲਓ ਜੀ ਅਸੀਂ ਆ ਗਏ ਇੱਥੇ ਦੁਕਾਨ 'ਤੇ ਭਈਆ ਕਿਆ ਹਾਲ ਚਾਲ ਹੈ ਠੀਕ ਹੈ ਸਰ ਕਿਤਨੇ ਰੋਜ਼ ਯਹਾਂ ਪੇ ਦੁਕਾਨ ਲਗਾ ਰਹੇ ਹੋ ਸਰ ਹਮ 5-6 ਦਿਨ ਸੇ 5-6 ਦਿਨ ਸੇ ਹਾਂ ਜੀ ਅੱਛਾ ਇਹ ਜੋ ਧਰਨਾ ਲਗਾ ਹੈ ਯਹਾਂ ਪੇ ਜੋ ਕਿਸਾਨ ਆਏ ਹੈ ਇਹਨਾਂ ਨੇ ਕੁਛ ਕਿਤੇ ਨੂੰ ਆ ਕੇ ਕੁਛ ਕੁਛ ਕਿਹਾ ਨਹੀਂ 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 ਸਰ ਖਿਲਾਤੇ ਬਿਲਾਤੇ ਔਰ ਹੈ ਸਪੋਰਟ ਔਰ ਕਰਤੇ ਹੈ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਕਦੇ ਦੁਕਾਨ ਦੁਕਾਨ ਬੰਦ ਨਹੀਂ ਕਰਾਈ ਵੀ ਬੰਦ ਕਰੋ ਜਿਹਦਾ ਬਾਕੀ ਧਰਨਿਆਂ ਦੇ ਵਿੱਚ ਹੁੰਦਾ ਦੁਕਾਨਾਂ ਬੰਦ ਕਰਾ ਦਿੰਦੇ ਕਦੇ ਕਰਾਈ ਨਹੀਂ 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 ਬੰਦ ਨਹੀਂ ਕਰਾਤੇ ਹੈ ਉਹ ਔਰ ਸਪੋਰਟ ਹੀ ਕਰਤੇ ਹੈ ਖਿਲਾਤੇ ਬਿਲਾਤੇ ਔਰ ਹੈ ਠੀਕ ਹੈ ਠੀਕ ਹੈ ਲਓ ਜੀ ਹੋਰ ਤਾਂ ਮੈਂ ਦੁਕਾਨ ਤੇ ਆ ਕੇ ਪੁੱਛਦਾ ਲਓ ਜੀ ਇੱਕ ਮੈਂ ਹੋਰ ਦੁਕਾਨ ਤੇ ਆ ਗਿਆ ਤੇ ਅੱਛਾ ਆਪ ਯਹਾਂ ਪੇ ਦੁਕਾਨ ਲਗਾਤੇ ਹੋ ਇਹ ਜੋ ਅੰਦੋਲਨ ਚੱਲ ਰਿਹਾ ਜੇ ਦੁਕਾਨੋਂ ਕਾ ਅੰਦੋਲਨ ਚੱਲ ਰਿਹਾ ਕਦੀ ਉਹਨਾਂ ਨੇ ਆ ਕੇ ਆਪਕੋ ਕਦੀ ਕੁਛ ਉਲਟਾ ਪੁਲਟਾ ਬੋਲਾ ਕਦੀ ਨਹੀਂ ਕੁਛ ਨਹੀਂ ਕਦੀ ਦੁਕਾਨ ਬੰਦ ਕਰਾਈ ਨਹੀਂ ਜੈਸੇ ਪਹਿਲੇ ਜੋ ਜੈਸੇ ਕੋਈ ਧਰਨਾ ਲਗਤਾ ਥਾ ਜਾਂ ਕੁਛ ਵੀ ਲਗਤਾ ਤਾਂ ਪਹਿਲੇ ਦੁਕਾਨ ਹੀ ਬੰਦ ਕਰਵਾਤੇ ਥੇ ਕਦੀ ਐਸਾ ਕੀਆ ਨਹੀਂ ਨਹੀਂ ਕੁਛ ਨਹੀਂ ਲਓ ਜੀ ਤੁਸੀਂ ਦੇਖ ਸਕਦੇ ਆ ਮਤਲਬ ਇਹ ਜਣ ਕੇ ਜਿਹੜਾ ਅੰਦੋਲਨ ਆ ਬਹੁਤ ਹੀ ਜ਼ਿਆਦਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਦੋਸਤੋ ਨਵੀਆਂ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੀਵੀ ਰੋ ਸੱਤ ਵਾਲੇ ਨਾਲ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਲਿਆਉਂਦੇ ਰਹਾਂਗੇ ਨਵੀਆਂ ਤੋਂ ਨਵੀਆਂ ਵੀਡੀਓਜ਼ ਧੰਨਵਾਦ